ਅਸਲਾਮ ਵਾਲੇਕੁਮ ਜੀ, ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਸੇਵ ਗੁਰਦੁਆਰਾ ਐਂਡ ਟੈਂਪਲਸ ਆਫ ਪਾਕਿਸਤਾਨ, ਪੰਜਾਬ ਪੇਜ ਇਹ ਹੈ ਮੇਰਾ ਪਾਕਿਸਤਾਨ, ਸਿੱਖ ਪੀਰੀਅਡ ਫੁੱਟ ਸਟੈਪਸ ਇਨ ਪਾਕਿਸਤਾਨ। ਮੈਂ ਅੱਜ ਬੜੀ ਖਾਸ ਜਗ੍ਹਾ 'ਤੇ ਆਇਆ ਵਾਂ, ਸ਼ਾਇਦ ਕੁਝ ਲੋਕ ਤਾਂ ਜਾਣਦੇ ਹੋਣਗੇ ਔਰ ਕੁਝ ਲੋਕਾਂ ਨੂੰ ਇਸ ਜਗ੍ਹਾ ਦੇ ਮੁਤਲਕ ਬੜਾ ਅਜੀਬ ਜਿਹਾ ਲੱਗੇਗਾ ਸੁਣ ਕੇ ਕਿ ਇਹ ਬੜੀ ਖਾਸ ਜਗ੍ਹਾ ਜਿਹਦਾ ਨਾਮ ਹੈ ਹਰਿਆਲ ਔਰ ਹਰਨਾਲ। ਇਹ ਦੋ ਜੜਵਾ ਪਿੰਡ ਨੇ ਜਿੱਥੇ ਮਾਸਟਰ ਤਾਰਾ ਸਿੰਘ ਜਿਹੜਾ ਸੀ ਉਹ ਪੈਦਾ ਹੋਇਆ, ਯਾਨੀ ਕਿ ਮਾਸਟਰ ਤਾਰਾ ਚੰਦ। ਇਹ ਨਾਲ ਜਿਹੜੀ ਜਗ੍ਹਾ ਨਜ਼ਰ ਆ ਰਹੀ ਹੈ ਤੁਹਾਨੂੰ, ਇਹ ਸਕੂਲ ਜਿਹੜਾ ਬਾਉਂਡਰੀ ਨਜ਼ਰ ਆ ਰਹੀ ਹੈ, ਇਹ ਗੋਕਲ ਚੰਦ ਜਿਹੜਾ ਮਾਸਟਰ ਤਾਰਾ ਸਿੰਘ ਦਾ ਭਾਈ ਸੀ, ਇਹ ਉਹਦਾ ਸਕੂਲ ਹੈ। ਇਹਦੇ ਮੁਤਲਕ ਮੈਂ ਬਾਅਦ ਡਿਟੇਲ ਦੱਸਾਂਗਾ। ਇਹ ਪਾਣੀ ਦੀ ਬੰਨ ਹੈ ਜਿਹੜੀ ਹਰਿਆਲ ਪਿੰਡ ਦੀ ਹੈ। ਕਦੇ ਇੱਥੇ 6 ਬੋੜਾਂ ਆਉਂਦੀਆਂ ਸੀ, 1 ਬੋੜ ਦੀ ਖਤਮ ਹੋ ਗਈ ਹੈ। ਕਿੰਨਾ ਪੀਸਫੁਲ ਮਾਹੌਲ ਹੈ ਇੱਥੇ ਔਰ ਕਿੰਨਾ ਸਕੂਨ ਹੈ। ਆਪਣੀ ਮਿੱਟੀ ਨੂੰ ਛੱਡ ਕੇ ਜਾਣਾ ਬਹੁਤ ਔਖਾ। ਤੁਸੀਂ ਦੇਖ ਰਹੇ ਹੋ ਪਿੰਡ ਹਰਿਆਲ ਹਰਨਾਲ, ਇਹ ਉਹ ਪਿੰਡ ਨੇ ਜਿਹਦਾ ਸਿੱਖੀ ਦੇ ਨਾਲ ਬਹੁਤ ਗਹਿਰਾ ਤਲਕ ਹੈ ਔਰ ਇੰਡੀਪੈਂਡੈਂਸ ਦੇ ਵਿੱਚ ਮਾਸਟਰ ਤਾਰਾ ਸਿੰਘ ਦਾ ਕਿਰਦਾਰ ਕਿਸੇ ਤੋਂ ਢੱਕਿਆ ਛੁਪਿਆ ਨਹੀਂ ਹੈ। ਇਹ ਉਹ ਹਸਤੀ ਨੇ ਕਿ ਜਿਹੜੀ ਕਿਸੇ ਵੀ ਤਾਰਫ ਦਾ ਮੁਹਤਾਜ ਨਹੀਂ ਨੇ। ਅੱਜ ਤੁਹਾਨੂੰ ਇਹ ਸਕੂਲ ਵੀ ਦਿਖਾ ਦਿਆਂਗਾ ਇਹਨਾਂ ਦਾ ਔਰ ਜਿੱਥੋਂ ਇਹ ਤਹਿਰੀਕ ਸ਼ੁਰੂ ਹੋਈ ਸੀ ਉਹ ਵੀ ਦਿਖਾ ਦਿਆਂਗਾ। ਇਹ ਦੇਖੋ ਸਿੱਖ ਪੀਰੀਅਡ ਦੇ ਲੱਗੇ ਬਹੁਤ ਵੱਡੇ ਵੱਡੇ ਬੋਰਡ ਨੇ, ਪਾਣੀ ਦੀਆਂ ਬੰਨਾਂ ਜਿਹੜੀ ਕਿ ਹਰ ਗ੍ਰਾਂ ਦੀ ਇੱਕ ਪਹਿਚਾਣ ਹੈ। ਜਦੋਂ ਵੀ ਮੈਂ ਇਸ ਜਗ੍ਹਾ 'ਤੇ ਉੱਤੇ ਆਉਂਦਾ ਵਾਂ ਜਾਂ ਮੈਂ ਇਹਦੇ ਲਾਗੂਆਂ ਦੀ ਲੰਘਣਾ ਵਾਂ, ਰਿਸਰਚ ਕਰਨ ਵਾਸਤੇ ਜਾਂਦਾ ਵਾਂ, ਤਾਂ ਮੈਨੂੰ ਬੜੀ ਤਕਲੀਫ ਹੁੰਦੀ ਹੈ। ਮੈਂ ਹਾਂ ਤੁਹਾਡਾ ਆਪਣਾ ਹੋਸ ਬਾਬਾ ਜੀ। ਇਹ 6 ਬੋੜਾਂ ਵਾਲੀ ਬੰਨ ਸੀ ਪਿੰਡ ਹਰਨਾਲ ਦੀ। ਮੈਂ ਅੱਜ ਆਇਆ ਵਾਂ ਮਾਸਟਰ ਤਾਰਾ ਸਿੰਘ, ਜਿਹੜਾ ਕਿ ਪਹਿਲੇ ਮਾਸਟਰ ਤਾਰਾ ਚੰਦ ਸੀ ਔਰ ਤਾਰਾ ਚੰਦ ਤੋਂ ਤਾਰਾ ਸਿੰਘ ਹੋਇਆ ਕੋਈ ਪਤਾ ਨਹੀਂ, ਕਿਉਂਕਿ ਪੂਰੀ ਫੈਮਿਲੀ ਜਿਹੜੀ ਸੀ ਚੰਦ ਹੀ ਰਹੀ, ਲੇਕਿਨ ਇਕੱਲਾ ਸਿੰਘ ਹੋ ਗਿਆ। ਰੂਟਸ 'ਤੇ ਸਿੱਖੀ ਦੀਆਂ ਕਾਫੀ ਗਨੀਆਂ ਨੇ ਇਸ ਇਲਾਕੇ ਦੇ 'ਚ ਔਰ ਦੇਖੋ ਕਿ ਇੱਕ ਦਰਖਤ ਦੀ ਵੀ ਜੜ ਕਿਸੇ ਨੇ ਅੱਜ ਤੱਕ ਨਹੀਂ ਹਿਲਾਈ। 68 ਸਾਲ ਗੁਜ਼ਰ ਗਏ ਨੇ, ਉਹਨਾਂ ਯਾਦਾਂ ਨੂੰ ਅੱਜ ਵੀ ਲੋਕਾਂ ਨੇ ਸੰਭਾਲ ਕੇ ਰੱਖਿਆ, ਸੀਨੇ ਲਾ ਕੇ ਰੱਖਿਆ। ਇਹਨਾਂ ਦਾ ਇਹ ਪਾਣੀ ਦੀਆਂ ਬੰਨਾਂ ਔਰ ਇਹ ਜਿਹੜੇ ਦਰਖਤ ਨੇ ਅੱਜ ਵੀ ਯਾਦ ਦਿਲਾਉਂਦੀਆਂ ਨੇ ਕਿ ਜਾਣ ਵਾਲਿਆਂ ਨੂੰ ਕੋਈ ਵੀ ਨਹੀਂ ਭੁੱਲਿਆ, ਸਿਰਫ ਔਰ ਸਿਰਫ ਕਿਸੇ ਇੱਕ ਜਾਂ ਦੋ ਬੰਦੇ ਦੇ ਗਲਤ ਫੈਸਲੇ ਦੇ ਨਾਲ ਬੰਦਾ ਕਿੱਥੋਂ ਕਿੱਥੇ ਪਹੁੰਚ ਜਾਂਦਾ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ। ਇਹ ਘੁੱਗੀ ਦੀ ਕੁੱਕ 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 ਕੁੱਕ, ਕਿਆ ਮਜ਼ੇਦਾਰ ਆਵਾਜ਼ ਹੈ।
ਹਰਨਾਲ ਦਾ ਸਕੂਲ ਜਿਹੜਾ ਬੜਾ ਮਸ਼ਹੂਰ ਸਕੂਲ ਸੀ। ਜਿਹੜੀ ਗੱਲ ਕਾਬਲੇ ਤਾਰੀਫ ਹੈ ਉਸ ਚੀਜ਼ ਨੂੰ ਕਰਨਾ ਚਾਹੀਦਾ। ਇਹ ਪਾਰ ਵੀ ਇੱਕ ਵੱਡੀ ਬੋਰਡ ਲੱਗੀ ਹੈ ਔਰ ਇਸ ਤੋਂ ਬਾਅਦ ਇਹ ਤੁਸੀਂ ਦੇਖੋ ਦੂਰ ਜਿਹੜੀ ਹੈ 6 ਬੋਰਡਾਂ ਦੀ ਬੰਦ ਨਜ਼ਰ ਆ ਰਹੀ ਹੈ। ਮੈਂ ਤੁਹਾਨੂੰ ਵਾਪਸੀ 'ਤੇ ਦਿਖਾਉਣਾ ਜਿਹੜੀ ਕਿ ਮੇਰੀ ਦਿਲ ਦੀ ਜਿਹੜੀ ਸਭ ਤੋਂ ਖੂਬਸੂਰਤ ਮੈਨੂੰ ਜਿਹੜੀ ਬੰਨ ਲੱਗਦੀ ਹੈ। ਇਸ ਪਿੰਡ ਨੂੰ ਦੋ ਰਸਤੇ ਆਉਂਦੇ ਸਨ, ਇੱਕ ਹੈ 6 ਬੋਰਡਾਂ ਵਾਲੀ ਬੰਨ ਹੈ ਔਰ ਇੱਕ ਹੈ ਹਰਨਾਲ। ਇਹ ਸ਼ਾਰਟਕੱਟ ਹੈ, ਉਹ ਪਿੰਡ ਦਾ ਸਿੱਧਾ ਰਸਤਾ ਸੀ। ਬਾਹਰ ਕੈਫ ਪਿੰਡ ਉਜੜ ਗਿਆ 47 ਤੋਂ ਬਾਅਦ, ਤਾਂ ਬਹੁਤ ਘੱਟ ਘਰ ਰਹਿ ਗਏ ਨੇ ਇੱਥੇ, ਤਮਾਮ ਲੋਕ ਮਾਈਗ੍ਰੇਟਿਡ ਨੇ ਕਿਉਂਕਿ ਇਹ ਪਿੰਡ ਜਿਹੜਾ ਸੀ ਸਿੱਖਾਂ ਦਾ ਪਿੰਡ ਸੀ, ਸਿੱਖ ਇੱਥੋਂ ਮਾਈਗ੍ਰੇਟ ਕਰ ਗਏ ਅਤੇ ਫਿਰ ਜਿਹੜੇ ਲੋਕ ਨੇ ਇੱਥੇ ਕੁਛ ਮੇਵਾਤ ਤੋਂ ਆਏ ਹੋਏ ਨੇ ਔਰ ਕੁਛ ਜਿਹੜੇ ਨੇ ਇਹ ਰਾਜਸਥਾਨ ਸਾਈਡ ਦੇ ਤੋਂ ਮੁਸਲਿਮਸ ਆਏ ਹੋਏ ਨੇ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਔਰ ਅੱਜ ਮੈਂ ਤੁਹਾਨੂੰ ਦਿਖਾ ਰਿਹਾ ਵਾਂ ਪਿੰਡ ਹਰਨਾਲ ਔਰ ਹਰਨਾਲ ਔਰ ਹਰਿਆਲ ਦੀ ਜਿਹੜੀ ਬਿਊਟੀ ਹੈ ਇਹਨਾਂ ਬੋਰਡਾਂ ਦੀ ਵਜ੍ਹਾ ਨਾਲ ਹੈ ਔਰ ਇਹਨਾਂ ਦੀ ਪਾਪੂਲੈਰਿਟੀ ਦੀ ਜਿਹੜੀ ਵਜ੍ਹਾ ਹੈ ਉਹ ਮਾਸਟਰ ਤਾਰਾ ਸਿੰਘ ਹੈ ਜਾਂ ਗੋਕਲ ਚੰਦ ਜੀ ਦਾ ਸਕੂਲ ਹੈ ਜਿਹਦੀ ਕਿ ਬਹੁਤ ਤਾਰੀਫ ਕੀਤੀ ਜਾਂਦੀ ਸੀ ਕਿ ਗੋਕਲ ਚੰਦ ਜੀ ਜਿਹੜੇ ਨੇ ਬੜੇ ਅੱਛੇ ਉਸਤਾਦ ਸਨ ਔਰ ਉਹਨਾਂ ਨੇ ਬੜੇ ਲੋਕਾਂ ਦੀ ਜ਼ਿੰਦਗੀ ਸਵਾਰੀ। ਇੱਥੇ ਨਾਲ ਹੀ ਅੱਗੇ ਗੁਰਦੁਆਰਾ ਵੀ ਹੈ ਲੇਕਿਨ ਇਹਨਾਂ ਦੇ ਸਕੂਲ ਦੇ ਅੰਦਰ ਮੰਦਰ ਸੀ। ਸਿੱਖ ਧਰਮ ਦੇ ਹੋਣ ਦੇ ਬਾਵਜੂਦ ਇਹਨਾਂ ਦੇ ਸਕੂਲ ਦੇ ਵਿੱਚ ਮੰਦਰ ਸੀ ਔਰ ਇਹਨਾਂ ਦੇ ਘਰ 'ਚ ਵੀ ਮੰਦਰ ਸੀ। ਮੈਂ ਦਿਖਾਉਂਦਾ ਚੱਲਣਾ ਵਾਂ ਕਿ ਇਹਨਾਂ ਦੀ ਜੂਹ ਵਿੱਚ ਜਿਹੜਾ ਸੀ ਉਹ ਮੰਦਰ ਸੀ ਕਿਉਂਕਿ ਮੇਰੇ ਜਿੱਥੇ ਤੱਕ ਮੇਰਾ ਨੌਲੇਜ ਹੈ ਸਿੱਖ ਪੰਥ ਦੇ ਲੋਕ ਜਿਹੜੇ ਨੇ ਉਹ ਗੁਰਦੁਆਰਾ ਬਣਾਉਂਦੇ ਨੇ, ਮੰਦਰ ਨਹੀਂ ਬਣਾਉਂਦੇ। ਇਹ ਸਿੱਖ ਹੋਣ ਦੇ ਬਾਵਜੂਦ ਇਹਨਾਂ ਦੇ ਘਰ ਦੇ ਵਿੱਚ ਮੰਦਰ ਸੀ, ਕਿਉਂ ਸੀ ਇਹ ਮੈਨੂੰ ਨਹੀਂ ਪਤਾ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਤੁਸੀਂ ਦੇਖ ਰਹੇ ਹੋ ਪਿੰਡ ਹਰਨਾਲ ਅਤੇ ਦੇਖਦੇ ਰਹੋ ਪੰਜਾਬ ਪੇਜ ਦੀ ਹੈਰੀਟੇਜ ਆਫ ਪਾਕਿਸਤਾਨ, ਸਿਕਿਉਰਿਟ ਫੁੱਟਸਟੈਪਸ ਇਨ ਪਾਕਿਸਤਾਨ, ਸੇਫ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਖੋਰੇ ਸੱਚ 47 ਦੇ ਅਬਿਟਰ ਟਰੁੱਥ ਆਫ 1947। ਸਭ ਤੋਂ ਖੋਰੇ ਸੱਚ ਜਿਹੜੇ ਨੇ ਹਰਨਾਲ ਔਰ ਹਰਿਆਲ ਤੋਂ ਸ਼ੁਰੂ ਹੁੰਦੇ ਨੇ। ਅਗਰ ਪੰਜਾਬ ਦੋ ਟੋਟੇ ਨਾ ਹੁੰਦਾ ਤਾਂ ਅੱਜ ਹਰਨਾਲ ਔਰ ਹਰਿਆਲ ਦੀ ਹਿਸਟਰੀ ਜਿਹੜੀ ਸੀ ਕੁਛ ਹੋਰ ਹੋਣੀ ਸੀ। ਮੈਂ ਫਿਰ ਇੱਕ ਵਾਰੀ ਹਾਜ਼ਰ ਹੋਵਾਂਗਾ ਦੁਬਾਰਾ, ਮੈਨੂੰ ਕੁਛ ਐਵੀਡੈਂਸ ਚਾਹੀਦੇ ਨੇ ਮਾਸਟਰ ਤਾਰਾ ਸਿੰਘ ਜੀ ਦੇ ਮੁਤਲਕ। ਜਿਸ ਦਿਨ ਮੇਰੇ ਉਹ ਰਿਕਵਰ ਹੋ ਗਏ ਮੈਂ ਤੁਹਾਨੂੰ ਫਿਰ ਉਸ ਹਵਾਲੇ ਨਾਲ ਲਾ ਕੇ ਇੱਥੇ ਜਿਹੜਾ ਤਮਾਮ ਰਿਕਾਰਡਿੰਗ ਕਰਾਂਗਾ। ਸਿੱਖ ਪੀਰੀਅਡ ਫੁੱਟਸਟੈਪਸ ਇਨ ਪਾਕਿਸਤਾਨ।